ਵਿਦਇਨ ਸਮ ਅੱਧੇ ਪੌਣੇ ਘੰਟੇ 'ਚ ਉਹਨਾਂ ਦਾ ਕਨਫਰਮੇਸ਼ਨ ਕਾਲ ਆ ਗਿਆ ਵੀ ਯੂ ਆਰ ਸੌਟਿਡ, ਯੂ ਆਰ ਲੌਕਡ ਅਤੇ ਪਹੁੰਚੋ। ਆਪਾਂ ਬੋਰੀ ਵੀ ਉਸ ਤਰ੍ਹਾਂ ਚੱਕ ਕੇ ਤੇ ਅਸੀਂ ਪਹੁੰਚ ਗਏ। ਦ ਬੈਸਟ ਪਾਰਟ ਅਬਾਊਟ ਅਹਿਮਦ ਸਰ ਵਾਜ਼, ਉਹ ਪੁੱਛਦੇ ਸੀਗੇ ਕਿ ਅੱਛਾ ਇਹ ਸਿਚੁਏਸ਼ਨ ਹੈ, ਇਸਕੋ ਇਸਨੂੰ ਕੈਸੇ ਕਰੋਗੇ। ਟਾਈਗਰ ਇਜ਼ ਅ ਸਵੀਟ ਹਾਰਟ, ਮਤਲਬ ਹੀ ਇਜ਼ ਅ ਜੈਮ ਆਫ ਅ ਪਰਸਨ, ਅਤੇ ਉਹ ਮਤਲਬ ਸੈੱਟ ਦਾ ਮਾਹੌਲ ਇੰਨਾ ਕੰਫਰਟੇਬਲ ਕਰ ਦਿੰਦੇ ਸੀਗੇ ਕਿ ਤੁਹਾਨੂੰ ਕੰਮ ਮਤਲਬ ਤੁਹਾਨੂੰ ਲੱਗਦਾ ਸੀ ਕਿ ਯਾਰ ਪਰ ਯਾਰ 12 ਘੰਟੇ ਸ਼ੂਟ ਹੋਇਆ, ਹੋਰ ਸ਼ੂਟ ਹੋਣਾ ਚਾਹੀਦਾ। ਸੋ ਬਹੁਤ ਕੰਫਰਟੇਬਲ ਇਨਵਾਇਰਮੈਂਟ ਸੀਗਾ ਸਰ। ਸਰਦਾਰ ਮੀਨਸ ਸਰਦਾਰ ਮੀਨਸ ਕਾਮਿਕ, ਸਰਦਾਰ ਮੀਨਸ ਕਾਮੇਡੀ, ਸਰਦਾਰ ਮੀਨਸ ਮਜ਼ਾਕ, ਸਰਦਾਰ ਮੀਨਸ ਦੇਖ ਕੇ ਹੱਸਣਾ ਹੈ ਨਾ। ਉਹ ਆਈ ਥਿੰਕ ਸਟੀਰੀਓਟਾਈਪ ਬ੍ਰੇਕ ਹੋਇਆ, ਚੇਂਜ ਹੋਇਆ। ਯਾਰ ਮੈਨੂੰ ਪੰਜਾਬ ਵਾਲੇ ਕੰਮ ਹੀ ਨਹੀਂ ਦਿੰਦੇ, ਮੈਨੂੰ ਪਤਾ ਨਹੀਂ ਕਿਉਂ, ਆਈ ਡੋਨਟ ਨੋ। ਮਤਲਬ ਆਈ ਫੀਲ ਮੈਂ ਬੜੀ ਜੈਨੂਇਨਲੀ ਗੱਲ ਕਰ ਰਿਹਾ। ਬਾਲੀਵੁੱਡ ਜਾਂ ਪੋਲੀਵੁੱਡ ਬੋਥ? ਮੈਂ ਮੁੰਬਈ ਤੋਂ ਫਿਰ ਹਾਜ਼ਰ ਹਾਂ ਇੱਕ ਨਵੇਂ ਮਹਿਮਾਨ ਦੇ ਨਾਲ। ਉਹ ਖੁਦ ਇੱਕ ਗੈਨ ਸਰਦਾਰ ਜੀ ਨੇ, ਉਹਨਾਂ ਦੀ ਮੂਵੀ ਆ ਰਹੀ ਹੈ ਹੀਰੋਪੰਥੀ 2, ਹੋਏ ਐਕਟਰ ਕਿੰਦਲਪ੍ਰੀਤ ਸਿੰਘ ਜੀ, ਆਓ ਉਹਨਾਂ ਨਾਲ ਗੱਲਬਾਤ ਕਰੀਏ, ਮੂਵੀ ਬਾਰੇ ਕੁਝ ਜਾਣੀਏ ਐਂਡ ਉਹਨਾਂ ਦਾ ਐਕਸਪੀਰੀਅੰਸ ਕਿਵੇਂ ਸੀ ਮੂਵੀ 'ਚ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਜੀ? ਬਸ ਬਹੁਤ ਵਧੀਆ। ਗੁੱਡ ਜੀ, ਵੈਰੀ ਗੁੱਡ। ਸਰ ਜੀ, ਪਹਿਲੀ ਤਾਂ ਪੁੱਛਣਾ ਚਾਹਾਂਗਾ ਕਿ ਤੁਹਾਡੀ ਫੀਲਿੰਗ ਕਿੱਦਾਂ ਦੀ, ਬਿਕੋਜ਼ ਮੂਵੀ ਰਿਲੀਜ਼ ਹੋਵੇ ਇੰਨੀ ਵੱਡੀ ਬੈਨਰ ਥੱਲੇ ਮੂਵੀ ਬਣੀ ਹੈ, ਇੰਨਾ ਵੱਡਾ ਸਟਾਰ ਕਾਸਟ ਹੈ, ਅਤੇ ਹਾਊ ਇਜ਼ ਦ ਐਕਸਪੈਕਟੇਸ਼ਨ, ਨਰਵਸ ਹੋ, ਕੌਨਫੀਡੈਂਟ ਹੋ, ਜਾਂ ਮਤਲਬ ਕੀ ਚੱਲ ਰਿਹਾ ਦਿਮਾਗ 'ਚ? ਦੇਖੋ, ਇੱਦਾਂ ਹੁੰਦਾ ਹੈ ਕਿ ਜਦੋਂ ਵੀ ਕਿਸੇ ਐਕਟਰ ਦੀ ਕੋਈ ਵੀ ਫਿਲਮ ਰਿਲੀਜ਼ ਹੋਣੀ ਹੁੰਦੀ ਹੈ ਅਤੇ ਉਹ ਕੋਈ ਵੀ ਐਕਟਰ, ਉਹ ਨਰਵਸਨੈਸ ਤਾਂ ਥੋੜ੍ਹੀ ਜਿਹੀ ਹੁੰਦੀ ਹੈ, ਬਿਕੋਜ਼ ਯੂ ਨੋ ਇੰਨੀ ਸਾਰੀ ਮਿਹਨਤ ਤੋਂ ਬਾਅਦ, ਮਤਲਬ ਨਾਓ ਇਟ ਇਜ਼ ਦ ਟਾਈਮ ਟੂ ਸ਼ੋਕੇਸ ਜੋ ਤੁਸੀਂ ਕੀਤਾ ਹੈਗਾ, ਹੈ ਨਾ, ਅਤੇ ਥੋੜ੍ਹੀ ਜਿਹੀ ਨਰਵਸਨੈਸ ਹੈਗੀ ਹੈ, ਐਕਸਾਈਟਮੈਂਟ ਵੀ ਹੈਗੀ ਹੈ, ਅਤੇ ਇਟਸ ਅ ਮਿਕਸਡ ਮਿਕਸਡ ਫੀਲਿੰਗ। ਕਨਵਲ ਜੀ, ਆਪਣਾ ਤੁਹਾਨੂੰ ਰੋਲ ਬਾਰੇ, ਤੁਹਾਨੂੰ ਮਤਲਬ ਤੁਹਾਨੂੰ ਮਿਲਿਆ ਇੱਕ ਓਪਰਚੁਨਿਟੀ, ਕਲਿੱਕ ਕਿਵੇਂ ਹੋਈ? ਬਿਕੋਜ਼ ਤੁਸੀਂ ਇਹ ਕਿਵੇਂ, ਤੁਹਾਨੂੰ ਮਤਲਬ ਕਾਲ ਆਇਆ ਸੀ ਕਿ ਤੁਸੀਂ ਕਿਸੇ ਦੇ ਰੈਫਰੈਂਸ ਤੋਂ ਕਿਸੇ ਨੂੰ ਮਤਲਬ? ਬੇਸਿਕਲੀ ਮੁਕੇਸ਼ ਛਾਬੜਾ ਕਾਸਟਿੰਗ ਕੰਪਨੀ ਇਜ਼ ਅ ਵੈਰੀ ਪਾਪੂਲਰ ਰਿਨੋਨਡ ਕਾਸਟਿੰਗ ਡਾਇਰੈਕਟਰ, ਅਤੇ ਮੇਰੇ ਬੜੇ ਅੱਛੇ ਮਿੱਤਰ ਹੈਗੇ ਆ, ਬੜਾ ਪਿਆਰ ਹੈਗਾ ਉਹਨਾਂ ਦੇ ਨਾਲ, ਅਤੇ ਉਹਨਾਂ ਦੀ ਟੀਮ 'ਚੋਂ ਅਪਰੋਚ ਹੋਇਆ ਸੀਗਾ। ਸੋ ਦੇ ਲਾਈਕ ਕਿ ਸੈਂਡ ਅਸ ਸਮ ਵਰਕਲਿੰਗਸ ਆਫ ਯੋਰਸ, ਅਤੇ ਮੈਂ ਕੁਛ ਭੇਜਿਆ, ਮੈਂ ਵਲੈਤੀ ਭਾਬੀ ਕਰ ਰਿਹਾ ਸੀਗਾ ਉਦੋਂ, ਅਤੇ ਕਰਦੇ ਕਰਦੇ ਮਤਲਬ ਫਿਨਿਸ਼ ਹੋਇਆ ਸੀਗਾ ਵਲੈਤੀ ਭਾਬੀ ਉਦੋਂ, ਅਤੇ ਵਲੈਤੀ ਭਾਬੀ ਦਾ ਇੱਕ ਕਲਿੱਪ ਉਹਨਾਂ ਨੂੰ ਭੇਜਿਆ ਸੀਗਾ, ਉਹਨਾਂ ਨੂੰ ਬੜਾ ਅੱਛਾ ਲੱਗਿਆ, ਅਤੇ ਕਹਿੰਦੇ ਜੀ ਇਹ ਡੇਟਸ ਹੈਗੀਆਂ, ਅਤੇ ਮੈਂ ਕਿਹਾ ਜੀ ਹਾਂ ਇਹ ਡੇਟਸ ਅਵੇਲੇਬਲ ਹੈ। ਆਈ ਥਿੰਕ ਵਿਦਇਨ ਸਮ ਅੱਧੇ ਪੌਣੇ ਘੰਟੇ 'ਚ ਉਹਨਾਂ ਦਾ ਕਨਫਰਮੇਸ਼ਨ ਕਾਲ ਆ ਗਿਆ ਵੀ ਯੂ ਆਰ ਸੌਟਿਡ, ਯੂ ਆਰ ਲੌਕਡ ਅਤੇ ਪਹੁੰਚੋ। ਅਤੇ ਆਪਾਂ ਬੋਰੀ ਵੀ ਉਸ ਤਰ੍ਹਾਂ ਚੱਕ ਕੇ ਅਸੀਂ ਪਹੁੰਚ ਗਏ। ਅਤੇ ਜਦੋਂ ਤੁਸੀਂ ਬੋਂਬੇ ਆਏ ਹੋ, ਤਾਂ ਬੋਂਬੇ 'ਚ ਕੋਈ ਤੁਹਾਨੂੰ ਮਤਲਬ ਇਹਦੇ ਰੋਲ, ਪਰਟੀਕੁਲਰ ਰੋਲ ਵਾਸਤੇ ਕੁਛ ਆਡੀਸ਼ਨ ਜਾਂ ਕੁਛ ਚੇਂਜਸ ਕਰਨ ਵਾਸਤੇ ਕਿਹਾ ਗਿਆ ਸੀ? ਐਕਚੁਲੀ ਜਿਹੜਾ ਸੀ ਮੇਰੀ ਜਿਹੜੀ ਕਾਸਟਿੰਗ ਹੋਈ ਸੀ, ਬੜੀ 9th ਆਰ 'ਤੇ ਕਾਸਟਿੰਗ ਹੋਈ ਸੀ, ਬਿਕੋਜ਼ ਮੂਵੀ ਦੇ ਵਿੱਚ ਐਜ ਸੱਚ ਕੁਛ ਪਲੋਟ ਨਹੀਂ ਸੀਗਾ, ਹੈ ਨਾ, ਜਸਟ ਬਿਕੋਜ਼ ਆਫ ਕੋਵਿਡ ਵੀ ਚੀਜ਼ਾਂ ਉਹਨਾਂ ਨੇ ਕਿਤੇ ਬਾਹਰ ਜਾਣਾ ਸੀ, ਉਹ ਬਾਹਰ ਜਾ ਨਹੀਂ ਪਾਏ, ਅਤੇ ਟਰੈਕ ਥੋੜ੍ਹਾ ਜਿਹਾ ਚੇਂਜ ਹੋਇਆ ਵੀ ਫਰੈਂਡਸ ਦਾ ਜਿਹੜਾ ਐਲੀਮੈਂਟ ਸੀਗਾ ਉਹ ਐਡ ਕੀਤਾ ਗਿਆ ਫਿਲਮ 'ਚ, ਪਹਿਲੇ ਇਟ ਵਾਜ਼ ਨੋਟ ਅ ਪਾਰਟ ਆਫ ਦ ਫਿਲਮ। ਅਤੇ ਫਿਰ ਮਤਲਬ ਆਈ ਐਮ ਵੈਰੀ ਹੈਪੀ, ਜਿਹੜੇ ਸਾਡੇ ਡਾਇਰੈਕਟਰ ਅਹਿਮਦ ਖਾਨ, ਉਹ ਇੰਨਾ ਖੋਲ੍ਹ ਦਿੰਦੇ ਐਕਟਰ ਨੂੰ। ਮਤਲਬ ਜਨਰਲੀ ਕੀ ਹੁੰਦਾ ਵੀ ਤੁਹਾਨੂੰ ਸਕ੍ਰਿਪਟ ਦਿੱਤੀ ਜਾਂਦੀ ਹੈ, ਤੁਹਾਨੂੰ ਦੱਸਿਆ ਜਾਂਦਾ ਕਿ ਯੂ ਨੋ ਅੱਛਾ ਦਿਸ ਇਜ਼ ਦ ਪਾਰਟ, ਸੋ ਦ ਡਾਇਰੈਕਟਰ ਟੈਲਜ਼ ਯੂ ਅੱਛਾ ਐਸੇ ਕਰੋ ਐਸੇ ਕਰੋ। ਦ ਬੈਸਟ ਪਾਰਟ ਅਬਾਊਟ ਅਹਿਮਦ ਸਰ ਵਾਜ਼, ਉਹ ਪੁੱਛਦੇ ਸੀਗੇ ਕਿ ਅੱਛਾ ਇਹ ਸਿਚੁਏਸ਼ਨ ਹੈ, ਇਸਕੋ ਇਸਨੂੰ ਕੈਸੇ ਕਰੋਗੇ। ਸੋ ਉਹ ਜਿਹੜਾ ਤੁਹਾਡੇ ਅੰਦਰ ਸ਼ੈਤਾਨ ਹੁੰਦਾ, ਜਿਹੜਾ ਤੁਹਾਡੇ ਅੰਦਰ ਬੇਸਿਕਲੀ ਜਿਹੜਾ ਕੀੜਾ ਹੁੰਦਾ, ਉਹ ਪਹਿਲੀ ਜਗਾ ਦਿੰਦੇ ਆ। ਸੋ ਜੇ ਉਹਨਾਂ ਨੂੰ ਚੰਗਾ ਲੱਗਦਾ ਉਹ ਕੈਰੀ ਔਨ ਕਰ ਲੈਂਦੇ, ਜੇ ਨਹੀਂ ਚੰਗਾ ਲੱਗਦਾ ਤਾਂ ਟੈਲ ਓਕੇ ਇਸਕੋ ਐਸੇ ਚੇਂਜ ਕਰ ਦਿਓ। ਮਤਲਬ ਉਹ ਦੇ ਗਿਵ ਐਨ ਐਕਟਰ ਸੋ ਮੱਚ ਫਰੀਡਮ ਕਿ ਉਹ ਪਹਿਲੇ ਨਹੀਂ ਦੱਸਦੇ ਕਿ ਇਹਨੂੰ ਐਂ ਕਰੋ, ਉਹ ਤੁਹਾਨੂੰ ਸਿਚੁਏਸ਼ਨ ਸਮਝਾ ਦਿੰਦੇ ਆ, ਅੱਛਾ ਆਪ ਇਸਕੋ ਕੈਸੇ ਕਰੋਗੇ। ਸੋ ਆਈ ਥਿੰਕ ਦੈਟ ਇਜ਼ ਸਮਥਿੰਗ ਵੈਰੀ ਰੇਅਰ, ਦੈਟ ਇਜ਼ ਸਮਥਿੰਗ ਵੈਰੀ ਡਿਫਰੈਂਟ। ਮਤਲਬ ਤੁਸੀਂ ਉਹ ਕਰ ਰਹੇ ਹੋ ਜੋ ਤੁਸੀਂ ਕਰ ਸਕਦੇ ਹੋ, ਤਾਂ ਉਹ ਬਹੁਤ ਵਧੀਆ ਚੀਜ਼ ਸੀਗੀ। ਐਂਡ ਤੁਹਾਡੀ ਜੋ ਸਟਾਰ ਕਾਸਟ ਹੈ, ਟਾਈਗਰ ਸ਼ਰਾਫ ਜੀ ਹੈਗੇ ਨੇ, ਤਾਰਾ ਸੁਤਾਰੀਆ ਜੀ ਨੇ, ਅਤੇ ਆਈ ਗੈਸ ਤੁਸੀਂ ਪਹਿਲੀ ਵਾਰ ਉਹਨਾਂ ਨਾਲ ਕੰਮ ਕਰ ਰਹੇ ਇੱਕ ਮੂਵੀ 'ਚ ਸੇਮ, ਅਤੇ ਹਾਊ ਵਾਜ਼ ਦ ਐਕਸਪੀਰੀਅੰਸ ਵਰਕਿੰਗ ਵਿਦ ਦੈਮ, ਬਿਕੋਜ਼ ਇੱਕ ਵੱਡੇ ਬਾਲੀਵੁੱਡ ਸਟਾਰ ਹੈਗੇ ਨੇ, ਤੁਹਾਡਾ ਕੀ ਉਹਨਾਂ ਨਾਲ ਮਤਲਬ ਐਕਸਪੀਰੀਅੰਸ ਸੀ ਸ਼ੂਟ ਵੇਲੇ, ਜਾਂ ਸੈੱਟ 'ਤੇ ਮਜ਼ਾ ਆਉਂਦਾ ਸੀ, ਕੁਛ ਮਸਤੀ ਕਰਦੇ ਸੀ, ਜਾਂ ਮਤਲਬ ਕਿੱਦਾਂ ਦਾ ਐਕਸਪੀਰੀਅੰਸ ਹੈਗਾ ਸੀ? ਦੇਖੋ, ਜਦੋਂ ਅਸੀਂ ਮਤਲਬ ਵੈਨ ਵੀ ਸਟਾਰਟਿਡ ਦ ਸ਼ੂਟ, ਅਤੇ ਸ਼ੂਟ 'ਤੇ ਤਾਂ ਮੈਨੂੰ ਲੱਗਦਾ ਐਵੇਂ ਲੱਗਿਆ ਹੀ ਨਹੀਂ ਕਿ ਅਸੀਂ ਪਹਿਲੀ ਵਾਰ ਕੰਮ ਕਰ ਰਹੇ ਹਾਂ, ਬਿਕੋਜ਼ ਮਤਲਬ ਸੈੱਟ 'ਤੇ ਨਾ ਬੜਾ ਕੰਫਰਟੇਬਲ ਜਿਹਾ ਮਾਹੌਲ ਸੀਗਾ। ਮਤਲਬ ਉੱਥੇ ਕੋਈ ਦੇਰ ਵਾਜ਼ ਨੋ ਡਿਸਕ੍ਰਿਮੀਨੇਸ਼ਨ ਵੀ, ਯੂ ਨੋ
ਇਹ ਵੱਡਾ ਐਕਟਰ ਹੈ, ਛੋਟਾ ਐਕਟਰ ਹੈ, ਇਹ ਮੇਨ ਲੀਡ ਹੈ, ਸੈਕਿੰਡ ਲੀਡ ਹੈ, ਪੈਰਲਲ ਲੀਡ ਹੈ, ਸਾਰਿਆਂ ਨੂੰ ਇੱਕੋ ਯੂ ਨੋ ਪਲੈਟਫਾਰਮ 'ਤੇ ਬਹੁਤ ਵਧੀਆ ਤਰੀਕੇ ਨਾਲ ਟ੍ਰੀਟ ਕੀਤਾ ਜਾਂਦਾ ਸੀਗਾ। ਅਤੇ ਟਾਈਗਰ ਇਜ਼ ਅ ਸਵੀਟ ਹਾਰਟ, ਮਤਲਬ ਹੀ ਇਜ਼ ਅ ਜੈਮ ਆਫ ਅ ਪਰਸਨ। ਸੋ ਆਈ ਵੁੱਡ ਓਨਲੀ ਸੇ ਕਿ ਜਿਵੇਂ ਦੇ ਉਹਦੇ ਫਾਦਰ ਹੈਗੇ ਹੈ, ਮਤਲਬ ਜੈਕੀ ਦਾਦਾ ਇਜ਼ ਵੈਰੀ ਸਵੀਟ, ਵੈਰੀ ਹੰਬਲ, ਵੈਰੀ ਗਰਾਊਂਡਡ, ਵੈਰੀ ਡਾਊਨ ਟੂ ਅਰਥ। ਸੋ ਉਹ ਫੈਮਿਲੀ ਤੋਂ ਗੁਣ ਮਿਲਿਆ ਉਹਨੂੰ, ਹੈ ਨਾ। ਅਤੇ ਮਤਲਬ ਬਹੁਤ ਜੈਨੂਇਨ ਹੈ, ਬਹੁਤ ਬਹੁਤ ਹੀ ਗਰਾਊਂਡਡ ਹੈ, ਮਤਲਬ ਸਾਰਿਆਂ ਨਾਲ ਬਹੁਤ ਪਿਆਰ ਨਾਲ ਗੱਲ ਕਰਦਾ ਹੈ, ਐਕਟਰ ਬਹੁਤ ਅੱਛਾ ਹੈ, ਪਰਫੋਰਮ ਡਾਂਸਰ ਉਹ ਤਾਂ ਹੈ ਹੀ ਹੈ, ਉਹ ਤਾਂ ਮਤਲਬ ਤੁਸੀਂ ਸਾਰੇ ਉਹ ਕੁਆਲਿਟੀ ਹੈ, ਬਟ ਉਸ ਤੋਂ ਇਲਾਵਾ ਇਨਸਾਨ ਬਹੁਤ ਅੱਛਾ ਹੈ, ਮਤਲਬ ਹੀ ਇਜ਼ ਅ ਜੈਮ ਆਫ ਅ ਪਰਸਨ। ਤਾਰਾ ਦੀ ਗੱਲ ਕਰੀਏ, ਤਾਰਾ ਦੇ ਵਿੱਚ ਨਾ ਇੱਕ ਬਚਪਨਾ ਹੈ, ਬਚਪਨਾ ਐਜ਼ ਇਨ ਤਾਰਾ ਬਹੁਤ ਜੈਨੂਇਨ ਤਰੀਕੇ ਦੇ ਨਾਲ ਜਦੋਂ ਸੈੱਟ 'ਤੇ ਹੁੰਦੇ ਆ, ਪਰਫੋਰਮੈਂਸ ਕੁਝ ਸੀਨ ਚੱਲ ਰਹੇ ਆ, ਰਿਹਰਸਲ ਚੱਲ ਰਹੀ ਹੈ, ਉਹ ਜੈਨੂਇਨਲੀ ਬਹੁਤ ਕੁਛ ਕਰ ਜਾਂਦੀ ਹੈ ਜੋ ਕਿ ਬਹੁਤ ਅੱਛਾ ਲੱਗਦਾ ਹੈ। ਅਤੇ ਬਹੁਤ ਐਫਰਟਸ ਨਹੀਂ ਕਈ ਵਾਰ ਲਾਉਣੇ ਪੈਂਦੇ ਸੀਗੇ, ਮਤਲਬ ਕਈ ਵਾਰ ਇੱਦਾਂ ਹੁੰਦਾ ਸੀ ਕਿ ਅਸੀਂ ਸੀਨ ਦੀ ਰਿਹਰਸਲ ਕਰ ਰਹੇ ਹਾਂ, ਅਤੇ ਓਕੇ ਹੋ ਗਿਆ, ਵੀ ਵਾ ਲਾਈਕ ਸੀਨ ਹੋ ਗਿਆ, ਕਹਿੰਦੇ ਮੈਂ ਕਿਤੇ ਰਿਹਰਸਲ, ਹਾਂ ਰਿਹਰਸਲ ਬਹੁਤ ਅੱਛੀ ਮਿਲ ਗਈ। ਅਤੇ ਉਹ ਰਿਹਰਸਲ ਹੀ ਇੱਕ ਸ਼ਾਰਟ, ਅਸੀਂ ਕੋਈ ਸ਼ਾਰਟ ਦੇ ਰਹੇ ਸੀ, ਪਤਾ ਨਹੀਂ ਉਹ ਰਿਹਰਸਲ ਸਰ ਨੂੰ ਇੰਨੀ ਅੱਛੀ ਲੱਗੀ, ਕਹਿੰਦੇ ਇਸ ਨੂੰ ਟੇਕ ਕਰਦੇ ਹਾਂ। ਅਤੇ ਮਤਲਬ ਸਾਰਿਆਂ ਦਾ ਜਿਹੜਾ ਕੌਂਟ, ਦੇਖੋ ਫਿਲਮ ਕਦੇ ਵੀ ਇੱਕ ਬੰਦੇ ਨਾਲ ਨਹੀਂ ਬਣਦੀ, ਜਿੰਨੇ ਜ਼ਿਆਦਾ ਐਕਟਰਸ ਆਪਣਾ ਇਨਪੁੱਟ ਦੇਣਗੇ ਉਨਾ ਜ਼ਿਆਦਾ ਅੱਛਾ ਹੈ। ਬਾਕੀ ਸਾਡੇ ਜਿਹੜੇ ਹੋਰ ਕੋ ਐਕਟਰ ਸੀਗੇ, ਪੰਕਜ ਹੈਗਾ, ਹੈ ਨਾ, ਇੱਕ ਹੋਰ ਇਹ ਹੈਗਾ ਤੁਹਾਡਾ ਕੀ ਨਾਮ ਹੈ ਇਹਦਾ, ਸਾਡੇ ਇੱਕ ਪ੍ਰੋਡਕਸ਼ਨ ਤੋਂ ਦੇ ਵਾਜ਼ ਅ ਗਾਏ, ਹੈ ਨਾ, ਅਤੇ ਉਹ ਮਤਲਬ ਉਹ ਥੋੜ੍ਹਾ ਹੈਲਦੀ ਹੈ, ਗੋਲੂ ਮੋਲੂ ਜਿਹਾ, ਅਤੇ ਇੱਕ ਦਿਨ ਸਰ ਲਾਈਕ ਇਸਕੋ ਟਾਈਟ ਸੀ ਟੀ ਸ਼ਰਟ ਪਹਿਨਾਓ ਤਾਂ ਇਸਕੋ ਬਿਠਾਓ ਫਰੇਮ ਮੈਂ, ਉਹ ਕਹਿੰਦੇ ਸਰ ਮੈਂ ਨਹੀਂ, ਆ ਜਾ ਆ ਜਾ ਆ ਜਾ। ਅਤੇ ਉਹ ਮਤਲਬ ਸੈੱਟ ਦਾ ਮਾਹੌਲ ਇੰਨਾ ਕੰਫਰਟੇਬਲ ਕਰ ਦਿੰਦੇ ਸੀਗੇ ਕਿ ਤੁਹਾਨੂੰ ਕੰਮ, ਮਤਲਬ ਤੁਹਾਨੂੰ ਲੱਗਦਾ ਸੀ ਕਿ ਯਾਰ ਪਰ ਯਾਰ 12 ਘੰਟੇ ਸ਼ੂਟ ਹੋਇਆ, ਹੋਰ ਸ਼ੂਟ ਹੋਣਾ ਚਾਹੀਦਾ। ਸੋ ਬਹੁਤ ਕੰਫਰਟੇਬਲ ਇਨਵਾਇਰਮੈਂਟ ਸੀਗਾ ਸੈੱਟ। ਕਨਵਲ ਜੀ, ਆਪਣਾ ਜਿਹੜਾ ਅਸੀਂ ਸੁਣਿਆ ਕਿ ਟਾਈਗਰ ਸ਼ਰਾਫ ਬੜੇ ਸ਼ਾਂਤ ਕਿਸਮ ਦੇ ਇਨਸਾਨ ਨੇ, ਬਹੁਤ ਹੀ ਮਤਲਬ ਜਦੋਂ ਪਬਲਿਕ 'ਚ ਅਪੀਅਰੈਂਸ ਵੀ ਦਿੰਦੇ ਨੇ ਬਹੁਤ ਸ਼ਾਂਤ ਨੇ, ਬਹੁਤ ਸਿੰਪਲ ਨੇ, ਅਤੇ ਐਕਚੁਅਲ 'ਚ ਇੱਦਾਂ ਦੇ ਹੈਗੇ ਨੇ ਕਿ ਉਹ ਵੀ ਮਸਤੀ, ਮਤਲਬ ਮਸਤੀ ਹੈ ਉਹਨਾਂ 'ਚ, ਜਾਂ ਇੱਦਾਂ ਦੀ ਕੋਈ ਕੁਆਲਿਟੀ ਜੋ ਮਤਲਬ ਸਾਡੇ ਲੋਕਾਂ ਨੂੰ ਨਹੀਂ ਪਤਾ, ਮਤਲਬ ਪਬਲਿਕ ਮਸਤੀਖੋਰ ਹੈਗਾ, ਉਹ ਬਹੁਤ ਮਸਤੀਖੋਰ ਹੈ। ਬਟ ਹੁੰਦਾ ਕੀ ਹੈ, ਜਦੋਂ ਤੁਸੀਂ ਪਬਲਿਕ ਪਲੇਸ 'ਤੇ ਹੁੰਦੇ ਹੋ ਤਾਂ ਤੁਹਾਡਾ ਯੂ ਨੋ ਡਿਫਰੈਂਟ ਤਰੀਕੇ ਦਾ ਇਨਵਾਇਰਮੈਂਟ ਹੁੰਦਾ ਹੈ। ਸੈੱਟ 'ਤੇ ਹੁੰਦੇ ਹੋ, ਕਿਉਂਕਿ ਸੈੱਟ 'ਤੇ ਤੁਹਾਨੂੰ ਬੜੀ ਸਾਰੀ ਉਹ ਚੀਜ਼ਾਂ ਕਰਨੀਆਂ ਪੈਂਦੀਆਂ ਜੋ ਤੁਸੀਂ ਰੀਅਲ ਲਾਈਫ 'ਚ ਨਹੀਂ ਕਰਦੇ, ਸੋ ਦੈਟ ਯੂ ਕੈਨ ਯੂ ਨੋ ਪੰਪ ਯੋਰ ਸੈਲਫ ਕਿ ਤੁਸੀਂ ਕੈਰੈਕਟਰ ਦੇ ਵਿੱਚ, ਸੀਨ ਦੇ ਵਿੱਚ ਆ ਸਕੋ। ਮਤਲਬ ਬਹੁਤ ਜੋਲੀ ਬੰਦਾ ਹੈ, ਦਿਲਦਾਰ ਬੰਦਾ ਹੈ, ਯਾਰਾਂ ਦਾ ਯਾਰ ਬੰਦਾ ਹੈ। ਐਂਡ ਗੱਲ ਕੀਤੀ ਜਾਵੇ ਤੁਹਾਡੇ ਰੋਲ ਬਾਰੇ, ਤੁਸੀਂ ਉੱਥੇ ਕੁਝ ਲਾਈਟਸ ਪਾਉਣਾ ਪਾਓਗੇ, ਬਿਕੋਜ਼ ਕੀ ਤੁਹਾਡਾ ਪ੍ਰੋਪਰ ਰੋਲ ਹੈ ਪਿਕਚਰ 'ਚ, ਐਂਡ ਤੁਸੀਂ ਕੀ ਕਰ ਰਹੇ ਹੋ ਮੂਵੀ 'ਚ, ਉਹਦੇ ਬਾਰੇ ਕੁਝ। ਸੀ ਬੇਸਿਕਲੀ ਆਈ ਹੈਵ ਅ ਸਮਾਲ ਰੋਲ ਇਨ ਦਾ ਫਿਲਮ, ਮੇਰਾ ਕੋਈ ਬਹੁਤ ਵੱਡਾ ਰੋਲ ਨਹੀਂ ਹੈਗਾ ਫਿਲਮ ਦੇ ਵਿੱਚ, ਬਟ ਆਈ ਥਿੰਕ ਆਈ ਐਮ ਐਡਿੰਗ ਮੋਰ ਫਲੇਵਰ, ਮੋਰ ਨਮਕ ਟੂ ਦਾ ਫਿਲਮ। ਲਾਈਕ ਜਿਵੇਂ ਫਿਲਮ ਇਜ਼ ਆਲ ਅਬਾਊਟ ਸਾਈਬਰ ਕ੍ਰਾਈਮ ਦੀ ਚੋਰੀ, ਫਿਰ ਯੂ ਨੋ ਬਬਲੂ ਆਉਂਦਾ ਹੈ, ਉਹਨੂੰ ਤੋੜਦਾ ਹੈ, ਬਚਾਉਂਦਾ ਹੈ, ਫਲਾਣਾ ਢਮਕਾਉਣਾ। ਸੋ ਮਾਈ ਆਈ ਥਿੰਕ ਮਾਈ ਸਮਾਲ ਰੋਲ ਵਿਲ ਐਡ ਮੋਰ ਮਸਾਲਾ ਇਨ ਦਾ ਫਿਲਮ। ਸੋ ਨੋਟ ਦਾ ਫਾਈਟ ਸੀਕੁਐਂਸ, ਨੋਟ ਦਾ ਦੁਮ ਦੁਮ ਦੁਮ, ਬਟ ਲਾਈਟ ਸੀਨਸ, ਜਿਵੇਂ ਲਾਈਟ ਸਨੈਕਸ ਹੁੰਦੇ ਆ ਨਾ, ਵੀ ਤੁਹਾਡਾ ਪੇਟ ਨਹੀਂ ਭਰਦਾ, ਬਟ ਯੂ ਇੰਜੋਏ ਦੈਟ, ਯੂ ਰੈਲਿਸ਼ ਦੋਜ਼ ਸਨੈਕਸ। ਸੋ ਉੱਦਾਂ ਦਾ ਕੈਰੈਕਟਰ ਹੈਗਾ, ਅਤੇ ਥੋੜ੍ਹੀ ਕੌਮੇਡੀ ਹੈਗੀ ਹੈ, ਥੋੜ੍ਹਾ ਹਿਊਮਰ ਹੈਗਾ, ਥੋੜ੍ਹੀ ਪਾਗਲਪੰਥੀ ਹੈ, ਥੋੜ੍ਹਾ ਅਨਰੀਅਲਿਜ਼ਮ ਹੈਗਾ। ਮਤਲਬ ਜੇ ਤੁਸੀਂ ਲਾਓ ਇੱਕ ਗਰੀਬ ਬੰਦੇ ਨੂੰ ਲੰਬੋਰਗਿਨੀ 'ਚ ਬਿਠਾ ਦਿੱਤਾ ਜਾਏ ਅਤੇ ਉਹਦਾ ਕੀ ਰਿਐਕਸ਼ਨ ਆਏਗਾ। ਸੋ ਮਤਲਬ ਛੋਟੇ ਐਲੀਮੈਂਟਸ ਹੈਗੇ ਆ ਜੋ ਕਿ ਅਸੀਂ ਉਹਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ, ਅਤੇ ਆਈ ਥਿੰਕ ਦੈਟ ਹੈਜ਼ ਮੇਡ ਦਾ ਸਕ੍ਰਿਪਟ ਮੋਰ ਲਾਈਟ ਹਾਰਟਿਡ। ਐਂਡ ਗੱਲ ਕੀਤੀ ਜਾਵੇ ਜਿੱਦਾਂ ਹੁਣ ਸਰਦਾਰ ਜੀ ਰੋਲ ਦੀ, ਜਿਵੇਂ ਦਿਲਜੀਤ ਭਾਅ ਜੀ ਆ ਗਏ ਨੇ ਇੱਥੇ, ਐਮ ਏ ਵਿਰਕ ਆ ਗਏ ਨੇ, ਤੁਸੀਂ ਪਹਿਲੇ ਤੋਂ ਕਰ ਰਹੇ ਹੋ ਆਪਣਾ ਮੂਵੀਜ਼ ਬੋਲੀਵੁੱਡ 'ਚ, ਅਤੇ ਤੁਹਾਨੂੰ ਲੱਗ ਰਿਹਾ ਜੋ ਇੱਕ ਪਹਿਲੇ ਕੋਨਸੈਪਟ ਸੀ ਕਿ ਮਤਲਬ ਸਿਰਫ ਇੱਕ ਕੌਮਿਕ ਰੋਲ ਦਿੱਤਾ ਸਰਦਾਰਾਂ ਨੂੰ, ਦੈਨ ਉਹਨਾਂ ਦੇ ਮਤਲਬ ਉਸ ਸ਼ੋਅ ਸ਼ੂਟ ਕਰ ਲਿੱਤਾ, ਇੱਕ ਕੌਮਿਕ ਰੋਲ ਦਿੱਤਾ, ਬਟ ਅੱਜ ਤੁਸੀਂ ਆਪਣਾ ਇੱਕ ਸਟਾਰਕਾਸਟ 'ਚ ਆਏ, ਇੱਕ ਪਰਟੀਕੁਲਰ ਰੋਲ ਲੈ ਕੇ ਆਏ ਹੋ, ਅਤੇ ਤੁਹਾਨੂੰ ਲੱਗਦਾ ਕਿ ਆਪਣਾ ਜੋ ਵਿਊ ਪੁਆਇੰਟ ਚੇਂਜ ਹੋਇਆ ਬੋਲੀਵੁੱਡ ਦਾ ਐਜ ਅ ਕੌਮਿਕ ਰੋਲ ਸਮਝਦੇ ਸੀ ਸਰਦਾਰਾਂ ਨੂੰ? ਡੈਫੀਨੇਟਲੀ 100% ਚੇਂਜ ਹੋਇਆ, ਕਿਉਂਕਿ ਪਹਿਲੇ ਜਿਹੜਾ ਥੋਟ ਪ੍ਰੋਸੈਸ ਹੁੰਦਾ ਸੀਗਾ ਉਹ ਡਿਫਰੈਂਟ ਹੁੰਦਾ ਸੀ, ਕਿ ਸਰਦਾਰ ਮੀਨਸ ਕੌਮਿਕ, ਸਰਦਾਰ ਮੀਨਸ ਕੌਮੇਡੀ, ਸਰਦਾਰ ਮੀਨਸ ਮਜ਼ਾਕ, ਸਰਦਾਰ ਮੀਨਸ ਦੇਖ ਕੇ ਹੱਸਣਾ, ਹੈ ਨਾ। ਉਹ ਆਈ ਥਿੰਕ ਸਟੀਰੀਓਟਾਈਪ ਬ੍ਰੇਕ ਹੋਇਆ, ਚੇਂਜ ਹੋਇਆ, ਵਿਚ ਇਜ਼ ਵੈਰੀ ਗੁੱਡ। ਬਿਕੋਜ਼ ਦੇਖੋ, ਜੇ ਤੁਸੀਂ ਕੋਈ ਚੀਜ਼ ਕਰੋਗੇ ਨਹੀਂ, ਤੁਹਾਨੂੰ ਪਤਾ ਨਹੀਂ ਚੱਲੇਗਾ ਕਿ ਇਹ ਚੀਜ਼ ਹੋ ਸਕਦੀ ਹੈ।
ਸੋ ਜਿਹੜੀ ਪੋਸੀਬਿਲਿਟੀਜ਼ ਆ ਉਹ ਕ੍ਰੀਏਟ ਕਰਨੀਆਂ ਪੈਂਦੀਆਂ ਸੋਚ ਕੇ ਨਹੀਂ ਹੁੰਦਾ ਕਿ ਯਾਰ ਨਹੀਂ 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 ਇਹ ਤਾਂ ਐਸਾ ਹੀ ਰਹੇਗਾ ਸੋ ਆਈ ਹੈਵ ਡਨ ਸਰਟਨ ਰੋਲਸ ਇਨ ਸਮ ਫਿਲਮਸ ਐਜ਼ ਮੇਨ ਐਂਡ ਪੈਰਲਰ ਲੀਡ ਹਜੇ ਫਿਲਮਸ ਆਉਣੀਆਂ ਹੈਗੀਆਂ ਮਤਲਬ ਇੱਕ ਇੱਕ ਇੰਟੈਲੀਜੈਂਟ ਸਮਾਰਟ ਵੈਲ ਐਡੂਕੇਟਿਡ ਸਰਦਾਰ ਜੀ ਕੀ ਹੁੰਦੇ ਹੈ ਆਈ ਹੈਵ ਪਲੇਡ ਅ ਰੋਲ ਇਨ ਅ ਫਿਲਮ ਉਹ ਆਈ ਥਿੰਕ ਇਸ ਸਾਲ ਜਾਂ ਨੈਕਸਟ ਈਅਰ ਫਿਲਮ ਆ ਜਾਏਗੀ ਸੋ ਆਈ ਥਿੰਕ ਦੈਟ ਵਿਲ ਬੀ ਅ ਸਟੀਰੀਓਟਾਈਪ ਬ੍ਰੇਕਿੰਗ ਫਿਲਮ ਕਿ ਹਾਓ ਕੈਨ ਅ ਸਰਦਾਰ ਜੀ ਬੀ ਸੋ ਇੰਟੈਲੀਜੈਂਟ ਦੋ ਦੇ ਆਰ ਵੀ ਨੋ ਦੈਟ ਬਟ ਉਹ ਪੋਰਟਰੇ ਨਹੀਂ ਹੋਇਆ ਹੈ ਨਾ ਅਤੇ ਉਹ ਜਦੋਂ ਪੋਰਟ ਬਿਕੋਜ਼ ਫਿਲਮਸ ਕੀ ਹੈ ਲੋਕ ਫਿਲਮਸ ਨੂੰ ਦੇਖ ਕੇ ਉਹਨੂੰ ਸੱਚ ਮੰਨਦੇ ਹੈ ਕਿ ਅੱਛਾ ਇਹ ਤਾਂ ਐਵੇਂ ਹੀ ਹੁੰਦਾ ਅਤੇ ਉਹ ਰਿਐਲਿਟੀ ਦਿਖਾਉਣਾ ਬੜਾ ਜ਼ਰੂਰੀ ਹੈ ਕਿ ਜੋ ਚੀਜ਼ਾਂ ਹੁਣ ਤੱਕ ਪੋਰਟਰੇ ਹੋ ਰਹੀਆਂ ਉੱਦਾਂ ਐਕਚੁਅਲ 'ਚ ਹੁੰਦੀਆਂ ਕਿ ਨਹੀਂ ਹੁੰਦੀਆਂ ਸੋ ਦੈਟ ਇਜ਼ ਵੈਰੀ ਇੰਪੋਰਟੈਂਟ ਕਨਲ ਜੀ ਇੱਕ ਅਲੱਗ ਜਿਹਾ ਇੱਕ ਸਵਾਲ ਹੈ ਥੋੜ੍ਹਾ ਜਿਹਾ ਅਲੱਗ ਜਿਹਾ ਕਹਿੰਦੇ ਨੇ ਕਿ ਆਪਣਾ ਹੀਰੋ ਦਾ ਪੁੱਤਰ ਹੈ ਹੀਰੋ ਦੀ ਧੀ ਹੈ ਤੁਹਾਨੂੰ ਰੋਲ ਈਜ਼ੀਲੀ ਔਫਰ ਹੁੰਦੇ ਨੇ ਠੀਕ ਹੈ ਅਤੇ ਤੁਹਾਡਾ ਇਹ ਟੋਪਿਕ 'ਤੇ ਕੀ ਮੰਨਿਆ ਕਿ ਜੋ ਨੈਪੋਟਿਜ਼ਮ ਕਹਿੰਦੇ ਨੇ ਲੋਕ ਕਿ ਆਪਣਾ ਐਕਟਰ ਦਾ ਬੱਚਾ ਤੁਹਾਨੂੰ ਫਟਾਫਟ ਰੋਲ ਮਿਲ ਜਾਂਦੇ ਨੇ ਸਕਸੈਸਫੁਲ ਜਲਦੀ ਹੋ ਜਾਂਦੇ ਨੇ ਤੁਹਾਨੂੰ ਲੱਗਦਾ ਸਿਰਫ ਇਹੀ ਐਲੀਮੈਂਟ ਇੰਪੋਰਟੈਂਟ ਹੈ ਕਿ ਹਾਰਡ ਵਰਕ ਅਤੇ ਐਕਟਿੰਗ ਸਕਿੱਲਸ ਵੀ ਆਉਣੇ ਚਾਹੀਦੇ ਨੇ ਤਾਂ ਹੀ ਬੰਦਾ ਸਕਸੈਸਫੁਲ ਹੁੰਦਾ ਕਿ ਬਸ ਤੁਸੀਂ ਐਕਟਰ ਦੇ ਬੱਚੇ ਹੋ ਤਾਂ ਤੁਹਾਨੂੰ ਤੁਸੀਂ ਸਕਸੈਸਫੁਲ ਹੋ ਜਾਓਗੇ ਤੁਹਾਡਾ ਕੀ ਮੰਨਿਆ ਇਹਦੇ ਉੱਤੇ ਦੇਖੋ ਜੀ ਕਿਤੇ ਨਾ ਕਿਤੇ ਬੈਨੀਫਿਟ ਤਾਂ ਹੁੰਦਾ ਬਟ ਇਹਦਾ ਇਹ ਮਤਲਬ ਨਹੀਂ ਹੈ ਕਿ ਜੇ ਤੁਹਾਨੂੰ ਆਉਂਦਾ ਹੀ ਕੁਛ ਨਹੀਂ ਤੁਹਾਨੂੰ ਕੋਈ ਇੱਕ ਫਿਲਮ ਦੇ ਦੇਗਾ ਦੋ ਫਿਲਮਾਂ ਦੇ ਦੇਗਾ ਤਿੰਨ ਫਿਲਮਾਂ ਦੇ ਦੇਗਾ ਅਤੇ ਤੁਹਾਨੂੰ ਆਉਂਦਾ ਹੀ ਕੁਛ ਨਹੀਂ ਹੈ ਵਟਸ ਨੈਕਸਟ ਅਤੇ ਆਈ ਥਿੰਕ ਉਹਨਾਂ ਦੀ ਜਿਹੜੀ ਜਰਨੀ ਹੈ ਉਹਨਾਂ ਦੀ ਜਿਹੜੀ ਵਟ ਡੂ ਯੂ ਸੇ ਟੈਨਸ਼ਨਸ ਹੈ ਉਹਨਾਂ ਦੇ ਜਿਹੜੇ ਆਨਸਰ ਕਰਨ ਦੀਆਂ ਲਿਮਿਟੇਸ਼ਨਸ ਹੈ ਉਹ ਹੋਰ ਵੱਧ ਜਾਂਦੀਆਂ ਕਿਉਂਕਿ ਫੋਰ ਐਗਜ਼ਾਮਪਲ ਇਫ ਅ ਨੋਰਮਲ ਪਰਸਨ ਵਿਲ ਡੂ ਸਮਥਿੰਗ ਰੋਂਗ ਫਰਕ ਨਹੀਂ ਪਏਗਾ ਜੇ ਇੱਕ ਵੈਲ ਨੋਨ ਸਟਾਰ ਕਿਡ ਕੁਝ ਗਲਤ ਕਰੇਗਾ ਉਹਦੀਆਂ 50 ਤਰੀਕੇ ਦੀ ਖਬਰਾਂ ਬਣ ਜਾਣਗੀਆਂ ਅਤੇ ਉਹ ਇਟ ਬਿਕਮਸ ਮੋਰ ਡਿਫੀਕਲਟ ਟੂ ਡੂ ਥਿੰਗਸ ਵੈਰੀ ਕੇਅਰਫੁਲੀ ਵੀ ਤੁਸੀਂ ਤੁਹਾਨੂੰ ਦੇਖੋ ਰੋਲ ਮਿਲਣਾ ਇਜ਼ ਨੋਟ ਦ ਸੋਲਿਊਸ਼ਨ ਰੋਲ ਮਿਲ ਗਿਆ ਤੁਸੀਂ ਉਹਨੂੰ ਨਿਭਾ ਕਿਵੇਂ ਰਹੇ ਹੋ ਤੁਹਾਨੂੰ ਕਿਸੇ ਕੰਪਨੀ 'ਚ ਜੋਬ ਮਿਲ ਗਈ ਤੁਸੀਂ ਕੰਮ ਕਿਵੇਂ ਕਰ ਰਹੇ ਹੋ ਉਸ ਬੇਸ 'ਤੇ ਤੁਹਾਨੂੰ ਰੱਖਿਆ ਜਾਏਗਾ ਜੇ ਤੁਹਾਨੂੰ ਕੰਮ ਹੀ ਨਹੀਂ ਆਉਂਦਾ ਜੋਬ ਤੁਹਾਨੂੰ ਕੋਈ ਦੇ ਦੇਗਾ ਮਹੀਨੇ ਦੇ 50,000 ਸੈਲਰੀ ਦੇ ਦੇਗਾ ਤੁਹਾਨੂੰ ਕੰਮ ਹੀ ਨਹੀਂ ਆਉਂਦਾ ਚੱਕ ਕੇ ਬਾਹਰ ਮਾਰੇਗਾ ਸੇਮ ਇਜ਼ ਦ ਕੇਸ ਵਿਦ ਦਿਸ ਜੇ ਤੁਹਾਨੂੰ ਫਿਲਮ 'ਚ ਰੋਲ ਦੇ ਤਾ ਤੁਹਾਨੂੰ ਆਉਂਦਾ ਹੀ ਨਹੀਂ ਕੁਛ ਕਰਨਾ ਤੁਸੀਂ ਉਹਨੂੰ ਪਰਫੋਰਮ ਹੀ ਨਹੀਂ ਕਰ ਪਾ ਰਹੇ ਤੁਹਾਨੂੰ ਅਗਲੀ ਫਿਲਮ ਹੀ ਦੇਗਾ ਕੋਈ ਸੋ ਇਟਸ ਅ ਪ੍ਰੋਸੈਸ ਐਂਡ ਤੁਸੀਂ ਪੰਜਾਬ ਇੰਡਸਟਰੀ 'ਚ ਵੀ ਕੰਮ ਕੀਤਾ ਹੋਇਆ ਬਾਲੀਵੁੱਡ 'ਚ ਵੀ ਕੰਮ ਕਰਦੇ ਹੋ ਐਡਸ 'ਚ ਕਾਫੀ ਤੁਸੀਂ ਕਰਦੇ ਹੋ ਅਤੇ ਫਰਕ ਕੀ ਤੁਹਾਨੂੰ ਨਜ਼ਰ ਆਉਂਦਾ ਕਿ ਬਾਲੀਵੁੱਡ ਇੰਡਸਟਰੀ ਵਰਸਿਸ ਪੰਜਾਬ ਇੰਡਸਟਰੀ ਪੰਜਾਬ ਇੰਡਸਟਰੀ ਡੈਫੋ ਗਰੋ ਕਰ ਰਹੀ ਹੈ ਅਜੇ ਇੰਨੀ ਵੱਡੀ ਨਹੀਂ ਬਣੀ ਹੈ ਐਕਸੈਪਟ ਦੈਟ ਬਟ ਵਾਟ ਇਜ਼ ਦ ਡਿਫਰੈਂਸ ਵਿਚ ਯੂ ਫੀਲ ਤੁਸੀਂ ਉੱਥੇ ਵੀ ਸ਼ੂਟ ਕਰਦੇ ਹੋ ਇੱਥੇ ਵੀ ਸ਼ੂਟ ਕਰਦੇ ਹੋ ਯਾਰ ਮੈਨੂੰ ਪੰਜਾਬ ਵਾਲੇ ਕੰਮ ਹੀ ਨਹੀਂ ਦਿੰਦੇ ਮੈਨੂੰ ਪਤਾ ਨਹੀਂ ਕਿਉਂ ਆਈ ਡੋਨਟ ਨੋ ਮਤਲਬ ਆਈ ਫੀਲ ਮੈਂ ਬੜੀ ਜੈਨੂਇਨਲੀ ਗੱਲ ਕਰ ਰਿਹਾ ਆਈ ਥਿੰਕ ਬਾਲੀਵੁੱਡ ਪੀਪਲ ਜ਼ਿਆਦਾ ਕੰਮ ਔਫਰ ਕਰਦਾ ਮੈਨੂੰ ਇਸੀ ਕਰਕੇ ਮੈਂ ਇੱਥੇ ਜ਼ਿਆਦਾ ਭੱਜਦਾ ਅਤੇ ਉੱਥੇ ਵਾਲੇ ਕੰਮ ਜ਼ਿਆਦਾ ਦਿੰਦੇ ਨਹੀਂ ਤਾਂ ਆਪਾਂ ਇੱਥੇ ਆ ਜਾਈਦਾ ਬਟ ਡਿਫਰੈਂਸ ਦੇਖੋ ਹੈਗਾ ਪ੍ਰੋਫੈਸ਼ਨਲਿਜ਼ਮ ਦਾ ਫਰਕ ਹੈ ਅਪਰੋਚ ਦਾ ਫਰਕ ਹੈ ਜਿਹੜੀ ਚੀਜ਼ਾਂ ਨੂੰ ਸਮਝਣ ਦੀ ਕੈਪੈਸਿਟੀ ਹੈ ਉਹਦਾ ਫਰਕ ਹੈ ਜਿਵੇਂ ਫੋਰ ਐਗਜ਼ਾਮਪਲ ਇੱਥੇ ਤੁਸੀਂ ਕਿਸੇ ਬੰਦੇ ਨੂੰ ਅਪਰੋਚ ਕਰਦੇ ਹੋ ਜਾਂ ਤਾਂ ਉਹ ਬੋਲੇਗਾ ਯੈਸ ਜਾਂ ਉਹ ਬੋਲੇਗਾ ਨੋ ਪੰਜਾਬ 'ਚ ਮੇ ਬੀ ਬਹੁਤ ਹੈ ਹਾਂ ਹਾਂ ਕਰੇਂਗੇ ਕਰਦੇ ਕਰਦੇ 6 ਮਹੀਨੇ ਨਿਕਲ ਜਾਂਦੇ ਹੁਣ 6 ਮਹੀਨੇ ਨਿਕਲ ਗਏ ਮਤਲਬ ਤੁਸੀਂ ਕਿਸੇ ਦਾ ਟਾਈਮ ਖਾ ਰਹੇ ਹੋ ਯਾਰ ਹੈ ਨਾ ਆਈ ਥਿੰਕ ਪ੍ਰੋਫੈਸ਼ਨਲਿਜ਼ਮ ਇੱਥੇ ਥੋੜ੍ਹਾ ਜਿਹਾ ਜ਼ਿਆਦਾ ਹੈ ਬਟ ਟਾਈਮ ਹੈਜ਼ ਚੇਂਜਡ ਚੀਜ਼ਾਂ ਕਾਫੀ ਚੇਂਜ ਹੋਈਆਂ ਉੱਥੇ ਔਰ ਇੱਥੇ ਜੋ ਮਤਲਬ ਮੈਂ ਜਦੋਂ ਕਰੀਅਰ ਆਪਣੇ ਸ਼ੁਰੂ ਕੀਤਾ ਸੀ 10 ਸਾਲ ਪਹਿਲੇ ਔਰ ਜੇ ਅੱਜ ਦੇਖਾਂ ਤਾਂ ਚੀਜ਼ਾਂ ਬਹੁਤ ਇਵੋਲਵ ਹੋਈਆਂ ਬੜੀ ਸਾਰੀ ਚੀਜ਼ਾਂ ਐਡ ਹੋਈਆਂ ਬੜੀ ਸਾਰੇ ਪੋਜ਼ਿਟਿਵ ਬਹੁਤ ਸਾਰੇ ਸਟੂਡੀਓਜ਼ ਖੁੱਲ੍ਹ ਗਏ ਆ ਬਹੁਤ ਸਾਰੇ ਨਵੇਂ ਪ੍ਰੋਡਕਸ਼ਨ ਹਾਊਸਿਸ ਆ ਗਏ ਆ ਮੀਡੀਆ ਏਜੰਸੀਜ਼ ਆ ਗਈਆਂ ਐਡ ਏਜੰਸੀਜ਼ ਆ ਗਈਆਂ ਵਿਚ ਇਜ਼ ਅ ਪਲੱਸ ਇਜ਼ ਅ ਗੁੱਡ ਥਿੰਗ ਬਟ ਆਈ ਥਿੰਕ ਬੰਬੇ ਵਾਲੇ ਪ੍ਰੋਫੈਸ਼ਨਲ ਥੋੜ੍ਹੇ ਜ਼ਿਆਦਾ ਹੁੰਦੇ ਆ ਰਾਦਰ ਜੇ ਆਪਾਂ ਪੰਜਾਬ ਵਾਲਿਆਂ ਨਾਲ ਕੰਪੇਅਰ ਕਰੀਏ ਮਤਲਬ ਜੋ ਮੈਂ ਫੀਲ ਕੀਤਾ ਹੋ ਸਕਦਾ ਮੈਂ ਗਲਤ ਹੋਵਾਂ ਬਟ ਜੋ ਮੈਂ ਫੀਲ ਕੀਤਾ ਮੈਂ ਉਹ ਦੱਸ ਰਿਹਾ ਤੁਹਾਨੂੰ ਐਂਡ ਤੁਹਾਡੀ ਜੋ ਮਿਊਜ਼ਿਕ ਵੀਡੀਓਜ਼ ਵੀ ਕਾਫੀ ਸਾਰੇ ਹਿੱਟ ਹੋਈਆਂ ਨੇ ਰੀਸੈਂਟਲੀ ਯੂਟਿਊਬ 'ਤੇ ਕਾਫੀ ਅੱਛੇ ਉਹਦੇ ਵਿਊਰਸ਼ਿਪ ਆਏ ਨੇ ਅਤੇ ਅੱਗੇ ਕੋਈ ਪਲਾਨ ਹੈ ਕੋਈ ਨਵੀਂ ਕੋਈ ਮਿਊਜ਼ਿਕ ਵੀਡੀਓ ਆ ਰਹੀ ਹੈ ਜਾਂ ਕੁਛ ਕੁਛ ਪਲਾਨ ਕੀਤਾ ਹੋਇਆ ਤੁਸੀਂ ਕੁਛ ਐਜ਼ ਅ ਹਿੰਟ ਜਾਂ ਫਿਰ ਗਿਫਟ ਆਪਣਾ ਆਡੀਅੰਸ ਵਾਸਤੇ 5 ਗਾਣੇ ਤਿਆਰ ਹੈ
पांचो तीन गाने की वीडियो तैयार है, दो रेडी है गाने, मतलब पटाके कट्ठे पहन गए हूँ, एक एक करके नहीं हूँ कट्ठे पटाके पहन गए, तो मतलब पांच तो बिल्कुल रेडी है, तीन विद वीडियो, टू ऑडियो आर रेडी, तो आई एम वर्किंग ऑन 3-4 मोर सोंग्स, तो मतलब बहुत जल्दी टाके पहने शुरू हो जाएंगे, बहुत जल्दी। आई थिंक थोड़ा डिले हो गया पिछले गाने और हूँ साल का गैप पै गया, बट बड़ी सारी चीज़ा सीखियाँ क्योंकि मैं म्यूजिक इंडस्ट्री नवा से बड़ी सारी चीज़ा पता नहीं सीखियाँ, तो हूँ चंगी तरीके दे नाल उनू प्रेजेंट करने की कोशिश की जाएगी। कन्वल जी, मैं तुम्हें कुछ पांच रैपिड क्वेश्चन पूछागा, वो तुम आंसर बिना सोचे समझे देने ने सर, ठीक है। मेरा फर्स्ट सवाल, तुम बॉलीवुड च रणबीर कपूर ना भी काम किया है तो हूँ टाइगर श्रॉफ ना काम किया है, ज़्यादा मज़ा कितना लाया? रणबीर कपूर, ठीक है। एंड ऐसा दी कोई चीज़ जो तुम मतलब गुस्सा दवा दें? लेट लतीफी, हाँ सामने वाले दी। अच्छा, यस। नहीं मैं एक्चुअली वेख्या है, तुसी टाइम दे बड़े पक्के हो, ठीक है। तुहाडी फेवरेट कुजीन? इंडियन। इंडियन च केड़ी कुछ? इंडियन च मतलब तुसी ला लो जे नॉनवेज दी गल करदे हो तां एनी काइंड ऑफ चिकन, मटन, वेज दे विच पनीर, एनी काइंड ऑफ पनीर, यस। एंड डू यू कुक योरसेल्फ? यस आई डू कुक, यस यस, बेसिक जा जिन्ना भी आंदा मैनू। एंड तुहाडी म्यूजिक वीडियो पंजाबी वास्ते तो होंदी है, कोई स्पेसिफिक हिंदी वास्ते आने वाली कुछ प्लानिंग? मतलब एज अ म्यूजिक वीडियो दो आ रही है। बहुत ही बढ़िया। एंड लास्ट सवाल, बॉलीवुड या बॉलीवुड? बोथ। इधर देखो, यू कैन नॉट चूज, बिकॉज ओ मेरी धरती है बॉलीवुड। बॉलीवुड इज गुड बट I cannot, it's like the parents, you, I cannot choose bhi a zyada acha hai or acha hai, I treat them equal. And ek last segment, ano kandre jodi makers, tin main tanu apna Punjab de celebrities da naam langa, tanu jodi banani hai Bollywood wale de naal, theek hai? I'll explain you, Diljit Dosanjh, Emi Virk, Kanwal Preet Singh, theek hai? Tusi Bollywood ch bhi kaam karde ho but as a, main tanu as a sardar ji actor oh kar reha va. Diljit Dosanjh, Emi Virk, ते कनवल प्रीत सिंह, ओके, एना दी जोड़ी बनानी तुहानू बॉलीवुड हीरोइनस दे नाल, ते मैं दो पंजाब दी हीरोइन दा भी नाम ले रहा हां, सोनम बाजवा, शरगुन मेहता। अच्छा, इन्हां दी मुंडियां नाल बनानी है? अच्छा, मुंडियां दी ऑप्शन भी दोगे कि मैं खुद खुद क्रिएट करा? अच्छा, आई थिंक दिलजीत वुड गो विद कियारा आडवाणी, या आई वुड गो विद करीना कपूर, एमी पाजी वुड गो विद मे बी रवीना टंडन, यस, नेवर सीन जोड़ी बट मैं विजुअलाइज जो किया तुम दस्या मैं, है ना? सोनम बाजवा विद इमरान हाशमी। हाइट का कुछ फर्क भाजी? हाइट का आमिर खान और कटरीना कैफ ने फिल्म कर ली तो उन्हों का की फर्क पेगा? कोई फर्क नहीं पता हाइट का। तो दूजी कुड़ी कौन सी? सरगुन मेहता, रवि दुबे। ओ दे लुक ब्यूटीफुल टुगेदर, ओ जोड़ी, ओ बहुत सोहनी जोड़ी है, ते दे ओ आई थिंक ओ रब ने बनाई जोड़ी वाली जोड़ी है, है ना? एंड लास्टली पाजी, हुण तुहाडी जो मूवी बस ऑन द फ्लोज ही है आने वाली 29th नूं, ते मूवी बारे कुछ तुसीं अपने ऑडियंस नूं दसना चाहोगे? बिकॉज ओ जान के थिएटर्स ओपन है, डेफिनेटली वेखन जाणगे, कुछ एक पर्सनल मैसेज, बिकॉज इन्नी तुसीं मेहनत कीती, एक वड्डा स्टार कास्ट है, वड्डा ब्रांड है, तुहाडे ते खुद ते किन्ना प्रेशर होएगा बिकॉज तुसीं उन्हूं निभा रहे हो, एक टर्बन एक्टर जो इन्हें वड्डे स्टार कास्ट एक हाईलाइट होएगा, बहुत ही दिल खुश होंदा एक सरदार जी नूं वेख के प्रॉपर उहदे विच, ते ऑडियंस वास्ते कोई मैसेज तुसीं प्रोवाइड कर? देखो जी, ऑडियंस लई सिर्फ यही मैसेज है कि असीं बहुत मेहनत, बहुत शिद्दत और बहुत दिल दे नाल फिल्म बनाई है, मतलब जिन्ना प्यार तुसी हीरोपंती 1 नू दिता सीगा, आई एम श्योर तुसी हीरोपंती 2, इट्स लाइक डबल एक्शन, डबल एंटरटेनमेंट, डबल धमाका, एंड एवरीथिंग इज़ डबल इन दिस फिल्म, ते प्लीज़ सिनेमा घर दे विच हुम हुमा के पहुँचो, अपना जड़ा कीमती समय हैगा वो सिनेमा दे विच आके फिल्म नू देखो, ते तुसी फिल्म दा किसी भी जड़ा फ्रेम हैगा उस तो निराश होकर नहीं जाओगे, कम with your families, come with your kids, boyfriends, girlfriends, brother, sister, come with everybody and enjoy the film. Thank you ji, sashikar. Thank you so much Kanwal ji, tanu gand punjab te sade sab taraf ho bahut bahut good wishes ne tade ni movie aa rahi vadde brand di successful hoye, mega hit hoye, blockbuster hoye, and tanu se phir zarur jaldi miliye,
एंड थैंक यू सो मच ਤੁਸੀਂ ਆਪਣਾ ਟਾਈਮ ਦਿੱਤਾ ਨੇ ਬਿਜ਼ੀ ਸ਼ੈਡਿਊਲ ਚ ਐਂਡ ਗੁੱਡ ਲੱਕ ਫॉर योर मूवी थैंक यू सो मच